ਅੱਜ ਮੈਂ ਗੱਲ ਕਰ ਰਹੀ ਹਾਂ ਮੋਟਾਪੇ ਦੀ। ਮੋਟਾਪਾ ਸੱਚੀ ਮੁੱਚੀ ਨਾਲ ਹੀ ਇੱਕ ਕਿਹਾ ਜਾਵੇ ਤਾਂ ਸਰਾਪ ਹੈ। ਹੈਲਦੀ ਹੋਣਾ ਬਹੁਤ ਵਧੀਆ ਗੱਲ ਹੈ, ਲੇਕਿਨ ਵੱਧ ਆਪਣੇ ਵਿੱਤ ਤੋਂ ਜ਼ਿਆਦਾ ਮੋਟੇ ਹੋ ਜਾਣਾ ਇਹ ਬੜਾ ਸਰਾਪ ਵਾਲਾ ਹੀ ਕੰਮ ਕਿਹਾ ਜਾ ਸਕਦਾ। ਬਾਕੀ ਫਰੇਮਸ ਹੁੰਦੇ ਨੇ ਬੰਦਿਆਂ ਦੇ, ਲੇਡੀਜ਼ ਦੇ ਇੱਕ ਲਾਰਜ ਹੁੰਦਾ, ਮੀਡੀਅਮ ਹੁੰਦਾ, ਸਮਾਲ ਹੁੰਦਾ, ਉਹਦੇ ਮੁਤਾਬਕ ਜਿਹੜੇ ਨੇ ਉਹ ਵੇਟ ਕੀਤੇ ਜਾਂਦੇ ਨੇ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਤਾਂ ਇਹ ਗੱਲ ਜਿਹੜੀ ਹੈ ਬਹੁਤ ਜ਼ਿਆਦਾ ਹੀ ਪਾਪੂਲਰ ਹੈ। ਤੁਸੀਂ ਕਿਹੜਾ ਚੈਨਲ ਦੇਖ ਲਓ, ਯੂਟਿਊਬ ਖੋਲ੍ਹ ਲਓ, ਕਿਸੇ ਨਾਲ ਗੱਲ ਕਰ ਲਓ, ਕਿਸੇ ਪਾਰਟੀ ਵਿੱਚ ਚਲੇ ਜਾਓ, ਸਭ ਤੋਂ ਪਹਿਲਾਂ ਕੀ ਗੱਲ, ਤੂੰ ਬੜੀ ਪਤਲੀ ਹੋਈ ਹੋਈ ਹੈ, ਤੁਸੀਂ ਬੜੇ ਮੋਟੇ ਲੱਗ ਰਹੇ ਹੋ। ਮੈਂ ਕਹਿੰਦੀ ਹਾਂ ਫਸਟ ਗੱਲ ਹੀ ਇਸ ਤੋਂ ਸ਼ੁਰੂ ਹੁੰਦੀ ਹੈ, ਔਰ ਲੇਡੀਜ਼ ਦੇ ਵਿੱਚ ਖਾਸ ਕਰਕੇ। ਖੈਰ ਅੱਜ ਕੱਲ੍ਹ ਮੁੰਡੇ ਵੀ ਜਿਹੜੇ ਨੇ ਉਹ ਵੀ ਜਿਮ ਜਾਂਦੇ ਨੇ ਅਤੇ ਸਭ ਕੁਛ ਉਹ ਵਾਲਾ ਕਰਦੇ ਨੇ ਜੋ ਪਹਿਲਾਂ ਲੇਡੀਜ਼ ਕਰਦੇ ਹੁੰਦੇ ਸੀ ਅਤੇ ਅੱਜ ਵੀ ਕਰਦੀਆਂ ਨੇ। ਅਤੇ ਉਹ ਹੁਣ ਤਾਂ ਮੁੰਡਿਆਂ ਦੇ ਫੇਸ਼ੀਅਲ, ਮੁੰਡਿਆਂ ਦੇ ਥਰੈਡਿੰਗ, ਵੈਕਸਿੰਗ, ਐਵਰੀਥਿੰਗ ਇਜ਼ ਗੋਇੰਗ। ਪਰ ਮੈਂ ਗੱਲ ਕਰ ਰਹੀ ਹਾਂ ਮੋਟਾਪੇ ਦੀ, ਅਤੇ ਮੋਟਾਪੇ ਵੀ ਉਸਦੀ ਜੋ ਮੇਰੇ ਨਾਲ ਹੱਡ ਬੀਤੀ ਹੋਈ ਹੈ। ਅੱਜ ਤੋਂ 27-28 ਸਾਲ ਪਹਿਲੇ ਮੇਰਾ ਵੇਟ ਪ੍ਰੈਗਨੈਂਸੀ ਦੌਰਾਨ 97 kg ਹੋ ਗਿਆ। ਆਫਟਰ ਡਿਲੀਵਰੀ ਮੇਰਾ 2 kg ਸਿਰਫ ਵੇਟ ਲੋਸ ਹੋਇਆ ਔਰ ਮੇਰਾ 95 ਜਿਹੜਾ ਉਹ ਰਹਿ ਗਿਆ। ਬੜੀ ਮੈਨੂੰ ਕਿ ਆਸ ਸੀਗੀ ਕਿ ਮੇਰਾ 9 ਮਹੀਨੇ ਦੇ ਵਿੱਚ ਵੱਧਦਾ ਹੈ, ਅਤੇ ਕਹਿੰਦੇ ਨੇ 9 ਮਹੀਨੇ ਦੇ ਵਿੱਚ ਹੀ ਘੱਟ ਜਾਂਦਾ, ਪਰ ਮੇਰਾ ਵੇਟ ਨਹੀਂ ਘਟਿਆ। ਮੇਰਾ ਵੇਟ ਇੰਨਾ ਸੀ, ਦੇਖੋ ਮੈਂ ਇੰਨੀ ਮੋਟੀ ਸੀ, ਦਿਸ ਔਰ ਐਂਡ ਦੈਨ ਦਿਸ, ਅਤੇ ਇਹ ਸਾਰੀਆਂ ਮੇਰੀਆਂ ਇਸ ਤਰ੍ਹਾਂ 20-25 ਸਾਲ ਪੁਰਾਣੀਆਂ ਜਿਹੜੀਆਂ ਨੇ ਇਹ ਪਿਕਚਰਸ ਨੇ। ਅਤੇ ਇਹ ਕੀ ਹੋਇਆ, ਬੜਾ ਟਾਈਮ ਬਿਲਕੁਲ ਨਹੀਂ ਮਿਲਦਾ ਸੀ, ਛੋਟੀ ਜਿਹੀ ਸੈਰ ਨਾਲ ਕੁਛ ਨਹੀਂ ਬਣਦਾ ਸੀ, ਅਤੇ ਆਫਿਸ ਜਾਣਾ 9-9 ਘੰਟੇ, 8-9 ਘੰਟੇ ਦੀ ਸਿਟਿੰਗ ਹੁੰਦੀ ਸੀ, ਅਤੇ ਪਲੱਸ ਚਲੋ ਖਾਣਾ ਪੀਣਾ ਤਾਂ ਸਾਡਾ ਹੈ ਹੀ ਸੀ, ਹੈਲਦੀ ਹੈ ਹੀ ਸੀ। ਇੱਕ ਦਿਨ ਬੈਠੇ ਬੈਠੇ ਡਿਟਰਮੀਨੇਸ਼ਨ ਕੀਤੀ ਕਿ ਵੇਟ ਘਟਾਉਣਾ। ਹੁਣ ਵੇਟ ਘਟਾਉਣ ਵਾਸਤੇ ਜ਼ੋਰ ਬਹੁਤ ਲਾਉਣਾ ਪੈਂਦਾ। ਪੁਰਾਣੇ ਜ਼ਮਾਨੇ ਦੇ ਵਿੱਚ ਪਤਾ ਕੀ ਹੁੰਦਾ ਸੀ, ਅਸੀਂ ਇੰਨੇ ਜ਼ਿਆਦਾ ਲੋਕ ਬਾਹਰ ਤਾਂ ਘੁੰਮਦੇ ਫਿਰਦੇ ਨਹੀਂ ਸੀ, ਰਿਸ਼ਤੇਦਾਰੀਆਂ ਆਉਂਦੀਆਂ ਸੀ, ਭੈਣ ਕੀ ਹੋਇਆ ਤੂੰ ਬੜੀ ਫੁੱਲੀ ਪਈ ਹੈ, ਫੁੱਲ ਗਈ ਹੈ, ਬਸ ਆਹ ਹੀ ਮੋਟਾਪਾ ਹੁੰਦਾ ਸੀ। ਲੇਕਿਨ ਅੱਜ ਕੱਲ੍ਹ ਤਾਂ ਕੀ ਦੱਸਾਂ ਵੀ ਕੀ ਕੁਛ ਲੋਕ ਕਰਦੇ ਨੇ, ਕਿੰਨੇ ਡਾਇਟੀਸ਼ੀਅਨ, ਚਲੋ ਬੜਿਆਂ ਨੂੰ ਰੁਜ਼ਗਾਰ ਵੀ ਮਿਲ ਗਏ ਨੇ, ਡਾਇਟੀਸ਼ੀਅਨ ਦਾ ਕੰਮ ਵੀ ਇਸੇ 'ਚ ਹੀ ਚੱਲ ਗਿਆ, ਲੋਕ ਜਾਂਦੇ ਨੇ ਨਾਲੇ ਪੈਸੇ ਦੇ ਕੇ ਆਉਂਦੇ ਨੇ ਨਾਲੇ ਆਪਣਾ ਪੁੱਛ ਕੇ ਆਉਂਦੇ ਨੇ ਵੀ ਕੀ ਖਾਈਏ, ਪੈਸੇ ਦੇ ਕੇ ਪੁੱਛ ਕੇ ਖਾਂਦੇ ਨੇ ਵੀ ਅਸੀਂ ਕੀ ਖਾਈਏ। ਲੇਕਿਨ ਭਾਰ ਘਟਾਉਣਾ ਜਿਹੜਾ ਉਹ ਔਖਾ ਕੰਮ ਨਹੀਂ ਹੈ, ਡਿਟਰਮੀਨੇਸ਼ਨ ਹੋਣੀ ਚਾਹੀਦੀ ਹੈ, ਲੇਕਿਨ ਉਹਨੂੰ ਮੇਨਟੇਨ ਕਰਨਾ ਜਿਹੜਾ ਨਾ ਉਹ ਸਾਰਿਆਂ ਨਾਲੋਂ ਔਖਾ ਹੈ। ਗੱਲ ਇਵੇਂ ਭਾਰ ਘਟਾਉਣ ਦੀ ਤਾਂ ਇੱਦਾਂ ਵੀ ਤੁਸੀਂ ਡਿਟਰਮੀਨੇਸ਼ਨ ਕਰ ਲਈ, ਤੁਸੀਂ ਕਾਰਬ ਛੱਡਤੇ, ਰੋਟੀ ਛੱਡ ਦਿੱਤੀ, ਤੁਸੀਂ ਹੋਰ ਪ੍ਰੋਟੀਨ, ਬਾਕੀ ਸੈਲਡ, ਸੂਪਸ, ਇਹ ਚੀਜ਼ਾਂ ਖਾਣ ਲੱਗ ਜਾਓ, ਭਾਰ ਤਾਂ ਉਹਦੇ ਨਾਲ ਘੱਟ ਜਾਂਦਾ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਮੈਂ ਆਪਣਾ ਭਾਰ ਕਿਵੇਂ ਘਟਾਇਆ। ਮੈਂ ਆਪਣਾ ਭਾਰ ਘਟਾਇਆ ਸਿੰਗਲ ਡਾਇਟ ਨਾਲ। ਸਿੰਗਲ ਡਾਇਟ ਪ੍ਰੋਗਰਾਮ ਮੇਰਾ ਇਹ ਹੁੰਦਾ ਸੀ, ਮੈਂ ਕਿਸੇ ਡਾਕਟਰ ਕੋਲ ਨਹੀਂ ਗਈ, ਮੈਂ ਕੋਈ ਦਵਾਈ ਨਹੀਂ ਖਾਧੀ, ਮੈਂ ਕੁਛ ਨਹੀਂ ਕੀਤਾ। ਔਰ ਠੀਕ ਹੈ, ਸੈਰ ਜਿੰਨੀ ਹੁੰਦੀ ਸੀ ਕਰੀਦੀ ਸੀ, ਜਿੰਨਾ ਕੁ ਘੁੰਮ ਫਿਰ ਕੰਮ ਆਪਣੇ ਹੱਥ ਨਾਲ ਕਰੀਦਾ ਸੀ, ਉਹ ਬੜੀਆਂ ਚੀਜ਼ਾਂ ਕਾਊਂਟ ਕਰਦੀਆਂ ਸੀਗੀਆਂ। ਲੇਕਿਨ ਸਭ ਤੋਂ ਵੱਧ ਕਿਸ ਚੀਜ਼ ਨੇ ਫਾਇਦਾ ਕੀਤਾ, ਸਿੰਗਲ ਡਾਇਟ ਪ੍ਰੋਗਰਾਮ ਨੇ। ਸਿੰਗਲ ਡਾਇਟ ਪ੍ਰੋਗਰਾਮ ਮੇਰਾ ਇਹ ਹੁੰਦਾ ਸੀ ਵੀ ਸਵੇਰੇ ਉੱਠ ਕੇ ਸੋਚ ਲੈਣਾ ਅੱਜ ਮੈਂ ਸਬਜ਼ੀ ਖਾਣੀ ਹੈ, ਇੱਕ ਸਿੰਗਲ ਸਬਜ਼ੀ, ਘੀਆ, ਘੀਆ 3-4 ਘੀਏ ਲੈ ਆਉਣੇ, ਕੁੱਕਰ ਦੇ ਵਿੱਚ ਪਾਉਣੇ, 1 ਚਮਚ ਆਇਲ ਪਾਉਣਾ, ਬਾਕੀ ਘੀਆ, ਪਿਆਜ਼, ਅਦਰਕ, ਟਮਾਟਰ ਸਭ ਕੁਛ ਪਾ ਲੈਣਾ, ਧਨੀਆ ਪਾ ਲੈਣਾ। ਦੇਖੋ ਬੇਸੁਆਦੀ ਨਹੀਂ ਕਰਨੀ, ਮੈਂ ਪਹਿਲਾਂ ਕਹਾਂਗੀ ਜੇਕਰ ਆਪਾਂ ਬੇਸੁਆਦੀ ਕਰਾਂਗੇ ਤਾਂ ਉਸ ਪ੍ਰੋਗਰਾਮ ਨੂੰ ਆਪਾਂ ਲੌਂਗ ਨਹੀਂ ਲਿਜਾ ਸਕਦੇ, ਕਿਉਂਕਿ ਆਫਟਰ ਆਲ ਤੁਹਾਡਾ ਮਨ ਅੱਕਦਾ, ਉਹਨੂੰ ਨਾ ਇੱਕ ਟੇਸਟ ਬਣਾ ਕੇ ਜਿਹੜਾ ਖਾਣਾ ਹੈ
ਨਿੰਬੂ ਨਿਚੋੜ ਲਓ, ਵਿੱਚ ਵਿੱਚ ਤੁਸੀਂ ਕੋਈ ਚਾਟ ਮਸਾਲਾ ਪਾ ਲਓ, ਸਮਥਿੰਗ ਜਿਹੜਾ ਟੇਸਟੀ ਬਣੇ। ਅਤੇ ਉਹ ਸਿੰਗਲ ਡਾਇਟ ਜਿਹੜੀ ਸੀ, ਇੱਕ ਫਸਟ ਸਿੰਗਲ ਡਾਇਟ, ਸੈਕਿੰਡ ਇਨ ਟਾਈਮ, ਲਾਈਕ ਬ੍ਰੇਕਫਾਸਟ 9 o'clock, ਲੰਚ 1 o'clock ਐਂਡ ਡਿਨਰ 7 o'clock, ਇਟ ਵਾਜ ਫਿਕਸਡ। ਅਤੇ ਵਿੱਚੋਂ ਜਿਹੜਾ ਸੀਗਾ ਮੀ ਜਿਹੜੇ ਇਹਨਾਂ ਤਿੰਨਾਂ ਮੀਲਸ ਦੇ ਵਿੱਚੋਂ ਦੀ ਸੀ, ਉਹ ਚਾਹ ਦਾ ਕੱਪ ਵਿਦ ਸਮ ਡਰਾਈ ਫਰੂਟਸ ਲਾਈਕ ਬਦਾਮ, ਲਾਈਕ ਅਖਰੋਟ, ਇਹੋ ਜਿਹੀਆਂ ਦੋ ਚਾਰ ਗਿਰੀਆਂ। ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਔਰ ਇੰਨੇ ਜ਼ਿਆਦਾ ਵਾਲਾ ਘਟਾਉਣਾ ਤਾਂ ਮੂੰਹ ਨੂੰ ਤਾਂ ਥੋੜ੍ਹਾ ਜਿਹਾ ਕੰਟਰੋਲ ਕਰਨਾ ਹੀ ਪੈਣਾ, ਇਸ ਤੋਂ ਬਿਨਾਂ ਤਾਂ ਗੱਲ ਨਹੀਂ ਬਣਦੀ। ਅੱਛਾ, ਸੈਕਿੰਡ ਮੇਰਾ, ਫਿਰ ਸੈਕਿੰਡ ਡੇ ਸੈਕਿੰਡ ਥਿੰਗ ਕੋਈ ਸਬਜ਼ੀ, ਥਰਡ ਡੇ ਈਵਨ ਚਿਕਨ, ਚਿਕਨ ਬਣਾ ਲਿਆ ਸਵੇਰੇ, ਆਲ ਦਾ ਡੇ ਚਿਕਨ। ਫਿਰ ਇਸ ਤੋਂ ਇਲਾਵਾ ਸੈਲਡਸ, ਸੂਪਸ, ਇੱਕ ਦਿਨ ਫਿਰ ਅਸੀਂ ਰੱਖਦੇ ਸੀ ਫੀਸਟ ਡੇ, ਲਾਈਕ ਸੰਡੇ। ਸੰਡੇ ਨੂੰ ਕੋਈ ਪ੍ਰੇਜ਼ ਨਹੀਂ, ਉਹਦੇ ਨਾਲ ਕੀ ਹੁੰਦਾ ਸੀ, 5-7 ਦਿਨ ਤੁਸੀਂ ਕਰ ਲਿਆ, 7ਵੇਂ 8ਵੇਂ ਦਿਨ ਤੁਸੀਂ ਆਪਣੇ ਅੰਦਰ ਆਪਣੀਆਂ ਨਾੜਾਂ ਨੂੰ ਵੀ ਸੈਟਿਸਫਾਈਡ ਕਰ ਲਿਆ, ਕੋਈ ਚੀਜ਼ ਇੱਦਾਂ ਦੀ, ਕੋਈ ਫਰਾਈਡ ਖਾ ਕੇ, ਕੋਈ ਸੈਂਡਵਿਚ ਵਧੀਆ ਬਣਾ ਕੇ ਖਾ ਕੇ। ਲੇਕਿਨ ਇੱਕ ਗੱਲ ਦਾ ਬਿਲਕੁਲ ਖਿਆਲ ਰੱਖੋ ਕਿ ਕਦੇ ਵੀ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਭਾਰ ਘਟਾਉਣ ਵਾਸਤੇ ਬੇਸਵਾਦੀਆਂ ਚੀਜ਼ਾਂ ਖਾਣਾ, ਇਹ ਬਿਲਕੁਲ ਵੀ ਜ਼ਰੂਰੀ ਨਹੀਂ ਹੈ। ਤੁਸੀਂ ਹਰ ਬਨਿਸਪਤ ਕਿ ਤੁਹਾਨੂੰ ਕੋਈ ਨਹੀਂ ਕਿਸੇ ਨੇ ਕਰਕੇ ਦੇਣਾ, ਤੁਹਾਨੂੰ ਆਪਣੇ ਹੱਥਾਂ ਨਾਲ ਕਰਨਾ ਪੈਣਾ। ਕੰਮ ਵਾਲੀ ਤਾਂ ਤੁਸੀਂ ਜੋ ਆਖੋਗੇ ਉਹ ਉਹਨਾਂ ਕੋਲ ਪਾ ਦੇਗੀ, ਜਾਂ ਜਿਹੜਾ ਤੁਹਾਡਾ ਸਰਵੈਂਟ ਆ ਉਹ, ਤੁਸੀਂ ਆਪਣੇ ਹੱਥ ਨਾਲ ਜਦੋਂ ਬਣਾਓਗੇ ਨਾ, ਤੁਹਾਨੂੰ ਪਤਾ ਹੈ ਕਿ ਮੈਂ ਸੈਲਡ ਬਣਾਉਣ ਲੱਗੀ ਹਾਂ, ਕਿਊਬ ਸੈਲਡ ਬਣਾਇਆ, ਕਿਊਬਸ ਕੱਟੀਆਂ, ਵਿੱਚ ਥੋੜ੍ਹਾ ਜਿਹਾ ਨਿੰਬੂ ਪਾ ਲਿਆ, ਥੋੜ੍ਹਾ ਜਿਹਾ ਚਾਟ ਮਸਾਲਾ ਪਾ ਲਿਆ, ਥੋੜ੍ਹੀ ਜਿਹੀ ਜੇਕਰ ਚੰਗਾ ਲੱਗੇ ਤਾਂ ਕੋਈ ਇਮਲੀ ਵਾਲੀ ਸੌਸ ਪਾ ਲਈ, ਬਣਾ ਲਈ। ਇਹ ਚੀਜ਼ਾਂ ਜਿਹੜੀਆਂ, ਕਿਉਂਕਿ ਇਹ ਸਾਰੇ ਜਿਹੜੇ ਸਿਟਰਸ ਹੈ, ਇਹ ਵੀ ਤੁਹਾਨੂੰ ਡਾਇਟ ਦੇ ਵਿੱਚ ਬਹੁਤ ਕੰਮ ਆਉਂਦੇ ਆ। ਫਸਟ ਮੇਰੀ ਇਹ ਹੋ ਗਈ ਵੀ ਸਿੰਗਲ ਡਾਇਟ ਪ੍ਰੋਗਰਾਮ। ਫਿਰ ਕੀ ਸੀ, ਇਸ ਦੇ ਨਾਲ 15 ਦਿਨਾਂ ਦੇ ਵਿੱਚ ਜੇ ਤੁਸੀਂ ਇਹ ਫੋਲੋ ਕਰਦੇ ਹੋ ਤਾਂ 15 ਦਿਨਾਂ ਦੇ ਵਿੱਚ ਤੁਹਾਡਾ ਡੈਫੀਨੇਟਲੀ 3-4 ਕਿਲੋ ਵੇਟ ਜਿਹੜਾ ਉਹ ਘੱਟ ਜਾਂਦਾ। ਮੈਂ ਕੀ ਕੀਤਾ, ਵੇਟ ਨੂੰ ਬਹੁਤ ਗ੍ਰੈਜੂਅਲੀ ਘਟਾਇਆ। ਜਿੱਦਾਂ ਕਿ 5 ਕਿਲੋ ਘੱਟ ਗਿਆ ਤਾਂ ਫਿਰ ਮੈਂ ਉਸ 5 ਕਿਲੋ ਨੂੰ ਮੇਨਟੇਨ ਕੀਤਾ। ਮੈਂ ਫਿਰ ਉਹ ਡਾਇਟ ਪ੍ਰੋਗਰਾਮ ਨਹੀਂ ਲੈਂਦੀ ਸੀ, ਮੇਨਟੇਨੈਂਸ ਵਾਲੀ ਜਿਹੜੀ ਡਾਇਟ ਹੈ, ਲਾਈਕ ਸਵੇਰੇ ਇੱਕ ਬੇਸਣ ਦਾ ਪੂੜਾ ਖਾ ਲਿਆ, ਦੁਪਹਿਰ ਨੂੰ ਇੱਕ ਫੁਲਕਾ ਖਾ ਲਿਆ, ਰਾਤ ਨੂੰ ਐਗਸ ਖਾ ਲਏ, ਸੂਪ ਪੀ ਲਿਆ, ਫਿਰ ਇੱਦਾਂ ਕਰਕੇ ਜਿੱਦਾਂ ਕਿ ਜਿਸ ਨਾਲ ਮੇਰੀ ਮੇਨਟੇਨ ਰਹਿੰਦੀ ਸੀਗੀ। ਇਹ ਪ੍ਰੋਗਰਾਮ ਫਿਰ ਮੇਰਾ 15-20 ਦਿਨ ਚੱਲਦਾ ਸੀ, ਖਾ ਪੀ ਲਿਆ ਔਰ ਮੇਨਟੇਨ ਰਹਿੰਦਾ ਸੀ। ਜੇ ਮੇਰਾ ਮੇਨਟ ਵੇਟ ਮਸ਼ੀਨ ਮੇਰੀ ਆਲਵੇਜ਼ ਜਿਹੜੀ ਹੈ ਉਹ ਸਾਹਮਣੇ ਹੁੰਦੀ ਸੀ, ਸਵੇਰੇ ਉੱਠ ਕੇ ਫਸਟ ਮੈਂ ਦੇਖਣਾ ਵੀ ਮੇਰਾ ਕਿੰਨਾ ਭਾਰ ਘਟਿਆ ਜਾਂ ਵਧਿਆ। ਜੇ ਤਾਂ ਮੇਰਾ ਭਾਰ ਵਧਿਆ ਹੁੰਦਾ ਸੀ ਤਾਂ ਮੈਂ ਆਪਣੀ ਡਾਇਟ 'ਤੇ ਫੁੱਲੀ ਕੰਟਰੋਲ ਕਰਦੀ ਸੀ। ਜੇ ਮੇਰਾ ਭਾਰ ਸੇਮ ਹੁੰਦਾ ਸੀ ਤਾਂ ਜੇ ਡਾਇਟ ਮੈਂ ਖਾਂਦੀ ਸੀ ਉਹਨੂੰ ਖਾਂਦੀ ਰਹਿੰਦੀ ਸੀਗੀ। ਡਾਇਟ ਨੂੰ ਚੇਂਜ ਕਰਨਾ ਹੈ, ਚੇਂਜ ਇਨ ਦਾ ਸੈਂਸ ਕਦੀ ਤੁਸੀਂ ਸਬਜ਼ੀ ਵਾਲਾ, ਕਦੀ ਚਿਕਨ ਵਾਲਾ, ਕਦੀ ਮਿਲਕ ਐਂਡ ਕਰਡਸ ਐਂਡ ਪਨੀਰ ਪ੍ਰੋਟੀਨ ਡਾਇਟ ਜਿਹੜੀ ਹੈ, ਕਦੀ ਸਪਰਾਊਟਡ, ਦਿਲ ਨਹੀਂ ਅੱਕੇਗਾ ਕਿਉਂਕਿ ਤੁਸੀਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਫੂਡ ਖਾ ਰਹੇ ਹੋ। ਮੈਂ ਤਾਂ ਕਹਿੰਦੀ ਹਾਂ ਇੱਕ ਰੋਟੀ ਖਾ ਕੇ ਸਗੋਂ ਦਿਲ ਅੱਕਦਾ ਵੀ ਹਾਂ ਸਵੇਰੇ ਵੀ ਰੋਟੀ, ਦੁਪਹਿਰੇ ਵੀ ਰੋਟੀ, ਸ਼ਾਮ ਨੂੰ ਵੀ ਰੋਟੀ। ਨਹੀਂ, ਅੱਡ ਅੱਡ ਤਰ੍ਹਾਂ ਦੀਆਂ ਚੀਜ਼ਾਂ ਖਾਣ ਨਾਲ ਸਾਨੂੰ ਅੱਡ ਅੱਡ ਤਰ੍ਹਾਂ ਦੇ ਪ੍ਰੋਟੀਨ, ਮਿਨਰਲਸ, ਸਾਰਾ ਕੁਝ। ਸੈਕਿੰਡ ਹੈਗਾ ਕਿ ਪਾਣੀ ਕਿੱਦਾਂ ਪੀਣਾ ਜੋ ਤੁਸੀਂ ਡਾਇਟ ਕਰਦੇ ਹੋ। ਹੁਣ ਪਾਣੀ ਜਿਹੜਾ ਪੀਂਦੇ ਹਾਂ ਨਾ ਆਪਾਂ, ਜੇ ਆਪਾਂ ਗਟ 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 ਕਰਕੇ ਪਾਣੀ ਪੀ ਗਏ ਉਸ ਪਾਣੀ ਦਾ ਕੋਈ ਫਾਇਦਾ ਨਹੀਂ। ਡਾਕਟਰ ਕਹਿੰਦੇ ਨੇ 8 ਗਲਾਸ ਮਿਨੀਮਮ ਪਾਣੀ ਚਾਹੀਦਾ। 8 ਗਲਾਸ ਜਿਹੜੇ ਹੈ ਉਹ ਪਾਣੀ ਨੂੰ ਪੀਣ ਵਾਸਤੇ ਆਪਾਂ ਨੂੰ ਉਹ ਪਾਣੀ 16 ਵਾਰੀ ਪੀਣਾ ਪਏਗਾ। 1 ਗਲਾਸ ਨੂੰ ਅੱਧਾ ਗਲਾਸ ਜਿਹੜਾ ਹੈ ਇੱਕ ਵਾਰੀ 'ਚ ਸਿਰਫ ਪਾਣੀ ਪੀਓ। ਜਿਹਨੂੰ ਕਹਿੰਦੇ ਨੇ ਅਸੀਂ 2-2 ਘੁੱਟ ਕਰਕੇ ਪਾਣੀ ਪੀਓ ਤਾਂ ਉਹ ਤੁਹਾਨੂੰ ਅੰਮ੍ਰਿਤ ਲੱਗੇਗਾ। ਔਰ ਜੇ ਅਸੀਂ ਗਟ ਗਟ ਕਰਕੇ ਪੀਵਾਂਗੇ ਤਾਂ ਉਹ ਪਾਣੀ ਵੀ ਜਿਹੜਾ ਫਾਇਦਾ ਨਹੀਂ ਕਰਦਾ। ਅੱਛਾ ਜੀ, ਹੁਣ ਇਹ ਤਾਂ ਹੈਗਾ ਸੀਗਾ ਸਾਡੇ ਡਾਇਟ ਦਾ ਪ੍ਰੋਗਰਾਮ, ਬਾਕੀ ਹੈਗਾ ਐਕਸਰਸਾਈਜ਼ ਜਾਂ ਸੈਰ।
ਦੋਨਾਂ ਚੀਜ਼ਾਂ 'ਚੋਂ ਜਿਹੜੀ ਵੀ ਹੋ ਜਾਵੇ, ਹੁਣ ਜੇ ਧੁੰਨ ਲੱਗ ਜਾਵੇ, ਮੈਂ ਆਪਣਾ ਇੱਕ ਸਾਈਕਲ ਲੈਂਦਾ, ਆਪਾਂ ਸਵੇਰੇ ਉੱਠਦੇ ਸੀ, ਉੱਠ ਕੇ ਜੋ ਵੀ ਨਿੰਬੂ ਪਾਣੀ ਪੀਣਾ ਹੈ ਜਾਂ ਚਾਹ ਦਾ ਕੱਪ ਪੀਣਾ, ਜੋ ਪੀ ਕੇ ਸਾਈਕਲ ਦੇ ਉੱਤੇ ਬੈਠਣਾ, ਫਸਟ ਡੇ ਮੈਂ ਕਰਨੀ ਸ਼ੁਰੂ ਕੀਤੀ 5 ਮਿੰਟ, 7 ਮਿੰਟ, ਫਿਰ 8 ਮਿੰਟ, ਫਿਰ 10 ਮਿੰਟ, 15 ਮਿੰਟ, ਅੱਧਾ ਘੰਟਾ, ਪੌਣੇ ਘੰਟੇ ਤੱਕ ਫਿਰ ਮੈਂ ਸਾਈਕਲਿੰਗ ਜਿਹੜੀ ਹੈ ਉਹ ਆਪਣੀ ਲੈਂਦੀ। ਇਸ ਤਰ੍ਹਾਂ ਕਰਕੇ ਇਸ ਪ੍ਰੋਗਰਾਮ ਦੇ ਨਾਲ ਹੀ ਇਹ ਐਕਸਰਸਾਈਜ਼ ਕਰਕੇ, ਇਹ ਡਾਇਟ ਕਰਕੇ ਥੋੜ੍ਹੀ ਜਿਹੀ, ਕਿਉਂਕਿ ਮੈਨੂੰ ਬੜੀ ਪ੍ਰੋਬਲਮ ਇਸ ਗੱਲ ਦੀ ਰਹੀ ਹੈ ਕਿ ਮੈਨੂੰ ਸ਼ੂਗਰ ਵੀ ਸੀ, ਸ਼ੂਗਰ ਦੀਆਂ ਦਵਾਈਆਂ ਵੀ ਮੈਨੂੰ ਮੋਟਾਪਾ ਵੀ ਕਰਦੀਆਂ ਸੀ, ਲੇਕਿਨ ਮੈਂ ਉਸਨੂੰ ਸਿਰਫ ਇਸ ਤਰ੍ਹਾਂ ਹੀ ਮੇਨਟੇਨ ਕਰਕੇ ਰੱਖਿਆ ਕਿ ਕਾਰਬ ਜਿਹੜੇ ਨੇ ਉਹ ਘੱਟ ਖਾਓ, ਲਾਈਕ ਫੁਲਕੇ ਜਿਹੜੇ ਨੇ ਉਹ ਘੱਟ ਖਾਧੇ, ਸਬਜ਼ੀਆਂ, ਸੈਲਡਸ, ਸੂਪ, ਪਰ ਆਲ ਹੋਮ ਮੇਡ ਥਿੰਗਸ। ਜੇ ਤੁਸੀਂ ਬਾਜ਼ਾਰ ਜਾ ਕੇ ਖਾਓਗੇ, ਆਈ ਡੋਂਟ ਸੇ ਕਿ ਬਾਜ਼ਾਰ ਦਾ ਠੀਕ ਨਹੀਂ ਹੁੰਦਾ, ਬਟ ਤੁਹਾਨੂੰ ਕੀ ਪਤਾ ਉਸਦੇ ਵਿੱਚ ਕੀ ਪਾਇਆ ਹੋਇਆ। ਆਪਾਂ ਸੂਪ ਪੀ ਰਹੇ ਹਾਂ, ਕੀ ਪਤਾ ਉਸ ਵਿੱਚ ਸਟਾਰਚ ਪਾਈ ਹੋਵੇ, ਆਪਾਂ ਪੀਣਾ ਪਲੇਨ, ਫਿਰ ਉਸ ਚੀਜ਼ ਦਾ ਉਹਨਾਂ ਫਾਇਦਾ ਨਹੀਂ ਹੁੰਦਾ। ਅਤੇ ਸਬਜ਼ੀਆਂ ਜਦੋਂ ਆਉਂਦੀਆਂ ਨੇ ਨਾ, ਉਦੋਂ ਤਾਂ ਸਬਜ਼ੀਆਂ ਦੇ ਨਾਲ ਹੀ ਭਰ, ਇੱਕ ਮੇਰੇ ਅੰਕਲ ਸੀ ਮਦਨ ਲਾਲ ਦੀਦੀ ਹੋਇਆ ਕਰਦੇ ਸੀ, ਉਹ ਇੱਦਾਂ ਹੈਲਦੀ ਹੋ ਗਏ, ਮੈਂ ਉਹਨਾਂ ਕੋਲ ਰਹਿੰਦੀ ਹੁੰਦੀ ਸੀ, ਆਈ ਵਾਜ਼ ਯੰਗ ਦੈਟ ਟਾਈਮ, ਅਤੇ ਮੈਂ ਉਹਨਾਂ ਕੋਲ ਜਦੋਂ ਗਈ ਅਤੇ ਉਹ ਕਹਿੰਦੇ ਵੀ ਪੁੱਤ ਮੇਰਾ ਭਾਰ ਬੜਾ ਵਧ ਗਿਆ। ਮੈਂ ਕਿਹਾ ਕੀ ਕਰਨਾ? ਕਹਿੰਦੇ ਪੁੱਤ ਹੁਣ ਨਾ ਤੂੰ ਜਿੰਨੇ ਦਿਨ ਇੱਥੇ ਹੈ ਨਾ, ਤੂੰ ਮੈਨੂੰ ਸਬਜ਼ੀਆਂ ਬਣਾ ਕੇ ਦਿਆ ਕਰ, ਅਤੇ ਮੈਂ ਸਬਜ਼ੀਆਂ ਹੀ ਖਾਣੀਆਂ ਨੇ, ਹੋਰ ਕੁਛ ਨਹੀਂ ਖਾਣਾ। ਉਹਨਾਂ ਨੇ ਮੇਰੇ ਕੋਲੋਂ ਕੁੱਕਰ ਦੇ ਵਿੱਚ ਸਬਜ਼ੀਆਂ ਪਵਾ ਲੈਣੀਆਂ, ਉਹਨੂੰ ਮੈਂ ਸਟੀਮ ਕਰ ਦੇਣਾ ਉਹਦੇ 'ਚ ਉਹਨਾਂ ਨਮਕ ਮਿਰਚ ਪਾ ਕੇ। 13 ਦਿਨ ਉਹਨਾਂ ਨੇ ਸਬਜ਼ੀਆਂ ਖਾਧੀਆਂ ਅਤੇ ਹੀ ਲੋਸਟ 9 kg ਐਂਡ ਇਟ ਵਾਜ਼ ਬਿਗ ਅਚੀਵਮੈਂਟ। ਮੈਨੂੰ ਬੜੀ ਉਹਨਾਂ ਕੋਲੋਂ ਸ਼ਾਬਾਸ਼ ਵੀ ਮਿਲੀ ਅਤੇ ਉਹਨਾਂ ਨੇ ਮੈਨੂੰ ਬੜਾ ਅੱਛੇ ਵਾਲਾ ਗਿਫਟ ਵੀ ਦਿੱਤਾ ਵੀ ਤੂੰ ਮੇਰਾ ਵੇਟ ਜਿਹੜਾ ਇੰਨਾ ਘਟਾ ਦਿਆ। ਸੋ ਦੈਟ ਸੋਸ਼ਲ, ਜਦੋਂ ਆਪਾਂ ਇੱਧਰ ਉੱਧਰ ਜਾਂਦੇ ਹਾਂ, ਆਉਂਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ, ਅੱਜ ਕੱਲ੍ਹ ਤਾਂ ਤੁਹਾਡੇ ਕੋਲ ਡਾਕਟਰ ਬੜੇ ਨੇ ਬਾਈ, ਪਰ ਅੱਗੇ ਅਸੀਂ ਇੱਦਾਂ ਹੀ ਇੱਕ ਦੂਜੇ ਨਾਲ ਗੱਲ ਕਰਕੇ ਵੀ ਕੀ ਖਾਣਾ ਜਾਂ ਕੀ ਮਿਲਦਾ ਹੁੰਦਾ ਸਾਨੂੰ। ਅਖਬਾਰ ਦੇ ਵਿੱਚ ਕਦੀ ਕਦਾਈਂ ਕੋਈ ਆਰਟੀਕਲ ਮਿਲ ਜਾਂਦਾ ਸੀ ਵੀ ਤੁਸੀਂ ਕਿੱਦਾਂ ਆਪਣੇ ਆਪ ਨੂੰ ਭਾਰ ਘਟਾ ਸਕਦੇ ਹੋ। ਜਦੋਂ ਮੇਰਾ ਭਾਰ ਘਟ ਗਿਆ, ਫਿਰ ਤਾਂ ਲੋਕ ਮੇਰੇ ਕੋਲ ਆਉਣ ਲੱਗ ਗਏ, ਮੈਡਮ ਤੁਸੀਂ ਕਿੱਦਾਂ ਕੀਤਾ, ਮੈਡਮ ਤੁਸੀਂ ਅਜੇ ਕਿ ਅਜੇ ਵੀ ਮੈਂ ਮੋਟੀ ਹਾਂ, ਬਟ ਮੈਂ ਹੁਣ ਇਸ ਤੋਂ ਬਾਅਦ ਪਤਲੀ ਹੋਣਾ ਨਹੀਂ ਹੈ ਕਿਉਂਕਿ ਫਿਰ ਮੇਰੇ ਮਸਲਸ ਜਿਹੜੇ ਹੈ ਉਹ ਖਰਾਬ ਹੋ ਜਾਣਗੇ, ਅਤੇ ਇਸ ਕਰਕੇ ਕਿਉਂਕਿ ਮੇਰੇ ਕੋਲ ਹੁਣ ਐਕਸਰਸਾਈਜ਼ ਵੀ ਨਹੀਂ ਉਨੀ ਹੁੰਦੀ, ਇਸ ਕਰਕੇ ਤੁਸੀਂ ਵੀ ਜਿਨ੍ਹਾਂ ਨੇ ਵੀ ਆਪਣਾ ਵੇਟ ਦਾ ਘਟਾਉਣਾ ਜਾਂ ਕੰਟਰੋਲ ਕਰਨਾ ਹੈ, ਅਤੇ ਡਿਟਰਮੀਨੇਸ਼ਨ ਨਾਲ ਅਤੇ ਖੁਦ ਆਪਣੇ ਹੱਥਾਂ ਨਾਲ ਬਣਾਓ, ਪਕਾਓ, ਖਾਓ, ਅਤੇ ਮੇਰੇ ਚੈਨਲ ਨੂੰ ਕਰ ਦੇਣਾ ਸਬਸਕ੍ਰਾਈਬ, ਲਾਈਕ, ਸ਼ੇਅਰ। ਥੈਂਕ ਯੂ ਵੈਰੀ ਮੱਚ।